हाँ जी दोस्तों, ये मज बहुत ही मशहूर हो चुकी है जिहड़ी कि एक समेंट की तैयार की हुई है मिस्त्री वीरां ने। सो ये तुसीं देखी होनी इंस्टाग्राम ते फेसबुक ते इहदियां रीलां बहुत फेमस हो चुकियां ने। सो ये जिहड़ा अपना बाई आर्टिस्ट है इहनू जिन्हें बनाया उहदे नाल आपां अज उह गल्लबात करदे हां जी। हाँ जी दोस्तों, सति श्री अकाल, मैं तुहाडा अपना दीप अंधेर। सो अज आपां पहुंचे हां जी गुरद्वारा संत बाबा पाला सिंह जी खड़ियाल वाले। सो ये गुरद्वारा जी धर्मकोट के पिंड जिहड़ा धर्मकोट पिंड है उत्थे स्थित है जी, जिला मोगा। सो इत्थे एक अपने मिस्त्री सिंह ने जी, उन्होंने जी मूर्तियां ते जिहड़े अपने शेरां दे जिहड़े स्टैचू ने वह बनाए ने। सो अज तुहानूं मिस्त्री सिंह नाल आपां गल्लबात करदे हां, आजो मिलदे हां आपां उन्होंने। हाँ जी दोस्तों, आपां तुहानूं वीर भगवान सिंह नाल मिलाउणे आ जिन्हां ने स्टैचू तैयार कीते ने सारे सिंघां दे जिहड़े हैना अपने। हाँ जी, उस तो देखने वाली चीज़ आ। सो मिस्त्री सिंह अपने काम से लगे हुए ने गे तो। हाँ जी, सत श्री अकाल भाई जी। हो ठीक हो जी? बहुत वधिया जी। सब तो पहला तो जी अपना पिंड दसो जी, जिथों के अपना रहना बसेरा अपना। पहला तो मैं थोड़ा स्वागत करदा हां जी। हाँ जी, धन्यवाद जी। जिथों तक थोड़े चैनल की आवाज़ पहुँचती है। हाँ जी, सारे वीरां नूं मेरा सत श्री अकाल। सत श्री अकाल। मेरा जी नाम हर भगवान सिंह है। हाँ जी। मेरा पिंड माणू के गिल है, जिला मोगा। जिला मोगा। हाँ जी। फोन नंबर की अपना? अपना फोन नंबर है जी 98-764। हाँ जी। 90-900। 90-900 यानी कि 9876-4-90900। ठीक है जी। जिहड़ा ये तुसीं कला है थोड़ी, ये किन्ने सालों तो लेके कदों तो करते आ रहे हो जी ये काम? आप ये ना जी, मैं शौक बचपन तो ही सीगा जी। पहला असीं ड्राइंग वगैरह यानी कि वाहिगुरु की कृपा नाल वधिया सीगी। हाँ जी। ते साडे ड्राइंग टीचर सीगे सरदार हरविंदर सिंह जी। हाँ जी। ते उन्होंने काफ़ी सानू उत्साहित करते रहते, सानू कोई पेंसिल कागज वगैरह सानू कोई रंग नवे लिया लिया के देंदे होंदे सी कि इन्हां नू शौक पवे हो। ਅਤੇ ਅਸੀਂ ਉਹ ਕਰਦੇ ਕਰਦੇ ਪੈਨਸਲ ਸਕੈਚ ਬਣਾਉਂਦੇ ਬਣਾਉਂਦੇ ਰੰਗਾਂ ਦੇ ਵਿੱਚ ਬਣਾਉਂਦੇ ਬਣਾਉਂਦੇ ਅਤੇ ਫਿਰ ਸਾਥੋਂ ਨਾ 25 ਕਿਲੋਮੀਟਰ ਗੁਰਦੁਆਰਾ ਮਹਿਦੇਣਾ ਸਾਹਿਬ ਸੀਗਾ। ਹਾਂਜੀ। ਅਤੇ ਉੱਥੇ ਫਿਰ ਅਸੀਂ ਕਈ ਵਾਰੀ ਮੁੰਡੇ ਰਲ ਕੇ ਸਾਈਕਲਾਂ 'ਤੇ ਚਲੇ ਜਾਂਦੇ, ਸ਼ੌਂਕ ਸੀਗਾ ਵੇਖਣ ਦਾ, ਵੇਖ ਵੇਖ ਕੇ ਉਹਨਾਂ ਨੂੰ ਵੇਖ ਵੇਖ ਕੇ ਫਿਰ ਘਰ ਮਿੱਟੀ ਦੇ ਬਣਾਉਣੇ ਸ਼ੁਰੂ ਕਰਤੇ। ਠੀਕ ਹੈ ਜੀ। ਮਿੱਟੀ ਦੇ ਬਣਾਉਂਦਿਆਂ ਬਣਾਉਂਦਿਆਂ ਅਤੇ ਫਿਰ ਸਾਨੂੰ ਸਾਡਾ ਜਨਕ ਜੀ ਨਾਲ, ਰਿਸ਼ਪਾਲ ਗਾਜੀਆਣਾ ਜੀ ਨਾਲ ਸੰਪਰਕ ਹੋਇਆ, ਜਿਹੜੇ ਕਿ ਬਹੁਤ ਵਧੀਆ ਆਰਟਿਸਟ ਹੈ। ਠੀਕ ਹੈ ਜੀ। ਉਹਨਾਂ ਨੇ ਮਾਸਟਰ ਡਿਗਰੀ ਕੀਤੀ ਹੈ ਆਪਣੇ ਚੰਡੀਗੜ੍ਹ ਗੌਰਮੈਂਟ ਆਰਟ ਕਾਲਜ ਤੋਂ। ਠੀਕ ਹੈ ਜੀ। ਅਤੇ ਉਹਨਾਂ ਨਾਲ ਜੁੜ ਗਏ, ਫਿਰ ਉਹਨਾਂ ਤੋਂ ਹੌਲੀ ਹੌਲੀ ਨਾਲ ਉਹਨਾਂ ਦੇ ਭਰਾਵਾਂ ਦੀ ਤਰ੍ਹਾਂ ਪ੍ਰੇਮ ਵੀ ਬਣ ਗਿਆ ਉਹਨਾਂ ਨਾਲ, ਅਤੇ ਜਾਂਦੇ ਆਉਂਦੇ ਉਹਨਾਂ ਕੋਲ, ਅਤੇ ਯਾਨੀ ਕਿ ਉਸਤਾਦ ਵੀ ਉਹੀ ਹੈ, ਅਤੇ ਅੱਜ ਵੀ ਉਹਨਾਂ ਦੇ ਨਾਲ ਇੰਨਾ ਕੁ ਪ੍ਰੇਮ ਹੈ ਕਿ ਜੋ ਵੀ ਅਸੀਂ ਇੱਕ ਦੂਜੇ ਤੋਂ ਪੁੱਛ ਦੱਸ ਕਰਦੇ ਰਹਿੰਦੇ ਹਾਂ, ਯਾਨੀ ਉਹਨਾਂ ਤੋਂ ਜੋ ਵੀ ਪੁੱਛਣਾ ਹੁੰਦਾ ਸੀ ਜਦੋਂ ਮਰਜ਼ੀ ਫੋਨ ਲਾ ਕੇ ਪੁੱਛ। ਜਿਹੜਾ ਬੂਟਾ ਲੱਗਿਆ ਮਤਲਬ ਸਕੂਲ ਤੋਂ ਲੱਗਿਆ ਹੈ? ਹਾਂਜੀ ਹਾਂਜੀ, ਸਕੂਲ ਤੋਂ ਸ਼ੁਰੂ ਹੋਇਆ। ਸੋ ਸਾਰੇ ਵੀ ਜਿਹੜੇ ਸਕੂਲਾਂ ਦੇ ਟੀਚਰਾਂ ਨੂੰ, ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਵੀ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਸੋ ਅੱਜ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ ਬਾਈ ਨੇ ਬਹੁਤ ਹੀ ਚੰਗੇ ਪੱਧਰ 'ਤੇ ਜਿਹੜੀਆਂ ਇਹ ਮੂਰਤੀਆਂ ਤਿਆਰ ਕੀਤੀਆਂ ਹੋਈਆਂ ਨੇ, ਸਟੈਚੂ ਤਿਆਰ ਕੀਤੇ ਨੇ, ਇਹ ਜਮਾਂ ਰੀਜਨਲ ਵਾਂਗੂ ਲੱਗਦੇ ਨੇ ਜੇ ਆਪਾਂ ਦੇਖੀਏ। ਜਦੋਂ ਇਹ ਤਿਆਰ ਹੋ ਗਿਆ ਜਮਾਂ ਸ਼ੇਰ ਰੀਜਨਲ ਲੱਗੂਗਾ ਨਾ ਵੀਰ ਜੀ? ਹਾਂਜੀ ਹਾਂਜੀ, ਠੀਕ ਹੈ। ਇਹਨੂੰ ਰੰਗ ਰੋਂਗ ਕਰਕੇ ਵਧੀਆ, ਯਾਨੀ ਕਿ ਬਹੁਤ ਵਧੀਆ, ਯਾਨੀ ਕਿ ਕੋਸ਼ਿਸ਼ ਆਪਦੇ ਵੱਲੋਂ ਕਰਦੇ ਆ ਕਿ ਬਹੁਤ ਹੀ ਵਧੀਆ ਲੱਗੇ। ਹੁਣ ਸਾਨੂੰ ਜਾਣੂ ਕਰਾਉਂਗੇ ਜੀ ਕਿਹੜੀਆਂ ਕਿਹੜੀਆਂ ਤੁਸੀਂ ਆਪਣੇ ਆਪ ਤਸਵੀਰਾਂ ਬਣਾਈਆਂ ਨੇ ਇੱਥੇ? ਹਾਂਜੀ ਹਾਂਜੀ, ਆਪਾਂ ਚਲੋ ਮੈਂ ਤੁਹਾਨੂੰ, ਚਲੋ ਜੀ ਪਹਿਲਾਂ ਤਾਂ ਚਲੋ ਅੱਗੇ ਅੱਗੇ। ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਤੋਂ ਸ਼ੁਰੂਆਤ ਕਰਦੇ ਆ। ਵਾਹਿਗੁਰੂ। ਇਹ ਜੀ ਗੰਜ ਸ਼ਕਰ ਬਾਬਾ ਫਰੀਦ ਜੀ, ਇਹਨੇ ਜੀ ਕਾਂਗਾ ਕੁਣਕ ਢੰਡੋਲਿਆ ਸਗਲਾ ਖਾਇਆ ਮਾਸ, ਇਹਦੋ ਨੈਣਾ ਮਤ ਛੂਇਓ ਫਿਰ ਦੇਖਣ ਕੀ ਆਸ। ਇਹ ਬਾਬਾ ਫਰੀਦ ਜੀ ਜਿਹੜੇ ਬਣੇ ਹੋਏ ਆ, ਇਹ ਸਰਦਾਰ ਕਿਰਪਾਲ ਸਿੰਘ ਜੀ ਆਰਟਿਸਟ, ਉਹਨਾਂ ਦੀ ਪੇਂਟਿੰਗ ਤੋਂ ਯਾਨੀ ਕਿ ਇਹ ਲਿਆ ਹੋਇਆ ਨਕਸ਼ਾ ਹੈ, ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਪੇਂਟਿੰਗ ਬਣਾਈ ਸੀ ਇਹ। ਆ ਦੇਖੋ ਦੋਸਤੋ, ਜਮਾਂ ਜਿਹੜੀ ਓਰੀਜਨਲ ਆ, ਜਿਵੇਂ ਕਾਂ ਹੁੰਦੇ ਸੀ ਉੱਥੇ ਆਪਣੇ ਜਿਹੜੀ ਪੇਂਟਿੰਗ ਦੇ ਵਿੱਚ ਜਮਾਂ ਹੂਬ ਹੂ ਬਾਈਆਂ ਨੇ ਤਿਆਰ ਕੀਤੇ ਨੇ, ਬਹੁਤ ਹੀ ਸੋਹਣੇ ਤੇ ਸਟੇਜੇ ਢੰਗ ਦੇ ਨਾਲ। ਹਾਂਜੀ, ਤੇ ਇਹ ਨਾ ਜੀ ਬਾਬਾ ਫਰੀਦ ਜੀ ਆਪਾਂ ਨੂੰ ਕਾਫੀ ਟਾਈਮ, ਯਾਨੀ ਕਾਫੀ ਸਟੈਚੂ ਬਾਬਾ ਫਰੀਦ ਜੀ ਦੇ ਅਸੀਂ ਬਣਾਏ ਆ। ਹਾਂਜੀ। ਇਹਨਾਂ ਚੋਂ ਸਭ ਤੋਂ ਵੱਡਾ ਕਾਰੀ ਤਕਰੀਬਨ ਪੰਜਾਬ ਦਾ ਪਹਿਲਾ ਸਟੈਚੂ ਸੀ, ਅਸੀਂ ਦੋ ਬੰਦਿਆਂ ਨੇ ਬਣਾਇਆ ਸੀਗਾ, ਜਿਹੜਾ ਕਿ ਮੋਗੇ ਤੋਂ ਫਿਰੋਜ਼ਪੁਰ ਵੱਲ ਜਾਣ ਵਾਲੇ ਰੋਡ 'ਤੇ ਸਥਿਤ ਹੈ, ਅਤੇ 2011 ਦੇ ਵਿੱਚ ਬਣਿਆ ਸੀਗਾ ਉਹ, ਯਾਨੀ ਕਿ ਵੱਡਾਕਾਰੀ ਸਟੈਚੂ ਫਾਈਬਰ ਗਲਾਸ ਦਾ ਬਣਿਆ ਹੋਇਆ। ਕਿੰਨੀ ਉਹਨਾਂ ਦੀ ਆਕਾਰ ਕਿੰਨਾ ਜੀ? ਉਹ ਜੀ 55 ਫੁੱਟ ਦਾ ਸਟੈਚੂ ਹੈਗਾ ਬਣਿਆ ਹੋਇਆ,
ਤੇ 9 ਫੁੱਟ ਦਾ ਉਹਦਾ ਕਾਂ ਬਣਿਆ ਸੀਗਾ ਤੇ ਉਹ ਯਾਨੀ ਕਿ ਉੱਥੇ ਬਣਿਆ ਹੋਇਆ ਉਹ ਸਨ 2011 ਚ ਬਣਾਇਆ ਸੀ ਉਸ ਤੋਂ ਬਾਅਦ ਯਾਨੀ ਕਿ ਜਿਹੜੇ ਛੋਟੇ ਸਟੈਚੂ ਆ ਬਾਬਾ ਫਰੀਦ ਜੀ ਦੇ ਕਾਫੀ ਬਣਾ ਦਿੱਤੇ ਠੀਕ ਹੈ ਜੀ ਹੁਣ ਅੱਗੇ ਆਇਓ ਜੀ ਆਪਣੇ ਹਾਂਜੀ ਇਹ ਜੀ ਹੈਗਾ ਜੀ ਭੀਖਣ ਸ਼ਾਹ ਫਕੀਰ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਰਖ ਕੀਤੀ ਸੀ ਕਿ ਕਿਹੜੇ ਧਰਮ ਨਾਲ ਰਿਲੇਟਡ ਰਹਿਣਗੇ ਅੱਛਾ ਇਹਨਾਂ ਨੇ ਦੋ ਕੁੱਜੀਆਂ ਦੇ ਵਿੱਚ ਪਾ ਕੇ ਇੱਕ 'ਚ ਹਿੰਦੂ ਲਿਖ ਕੇ ਇੱਕ 'ਚ ਮਤਲਬ ਮੁਸਲਮਾਨ ਲਿਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ 21 ਦਿਨਾਂ ਦੇ ਸੀ ਉਹਨਾਂ ਦੇ ਸਾਹਮਣੇ ਕੀਤਾ ਤਾਂ ਉਹਨਾਂ ਨੇ ਦੋਨਾਂ ਕੁੱਜੀਆਂ ਦੇ ਉੱਪਰ ਹੱਥ ਰੱਖਤਾ ਸੀਗਾ ਅੱਛਾ ਜੀ ਤੇ ਇਹ ਉਹ ਆ ਜੀ ਹਾਂਜੀ ਇਹ ਚੇਲੇ ਨੇ ਹੈ ਜੀ ਉਹਨਾਂ ਦੇ ਇਹ ਉਹਨਾਂ ਦੇ ਚੇਲੇ ਆ ਜੀ ਹਾਂਜੀ ਸ਼ਾਹ ਫਕੀਰ ਜੀ ਦੇ ਹਾਂਜੀ ਤੇ ਅੱਗੇ ਮਨੀ ਗਨੀ ਖਾਂ ਤੇ ਨਬੀ ਖਾਂ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਮਤਲਬ ਸੁਰੱਖਿਅਤ ਕੱਢਿਆ ਸੀ ਤੇ ਇਹਨਾਂ ਨੂੰ ਹੁਕਮਨਾਮਾ ਸਾਹਿਬ ਤੇ ਕੰਗਣ ਭੇਟ ਕੀਤੇ ਸੀ ਗੁਰੂ ਸਾਹਿਬਾਂ ਨੇ ਠੀਕ ਹੈ ਜੀ ਸਾਰੀ ਕਲਾ ਆਪਣੇ ਹੱਥ ਦੀ ਹਾਂਜੀ ਇਹ ਸਾਡੇ ਆਪਣੇ ਹੀ ਬਣੇ ਹੋਏ ਆ ਜੀ ਠੀਕ ਹੈ ਜੀ ਮੇਰਾ ਇੱਕ ਦੋਸਤ ਹੈ ਪ੍ਰਗਟ ਸਿੰਘ ਜੀ ਜਦੋਂ ਜ਼ਿਆਦਾ ਕੰਮ ਹੋਵੇ ਉਹਨਾਂ ਨੂੰ ਬੁਲਾ ਲਈਦਾ ਵੈਸੇ ਤੁਸੀਂ ਇਕੱਲੀ ਕੰਮ ਕਰਦੇ ਜ਼ਿਆਦਾ ਜੀ ਇਕੱਲੇ ਕੰਮ ਕਰਦੇ ਤੇ ਇਹ ਹੈਗੀ ਬੀਬੀ ਮਮਤਾਜ ਕੌਰ ਬਾਬਾ ਬਚਿੱਤਰ ਸਿੰਘ ਜੀ ਦੀ ਪਤਨੀ ਠੀਕ ਹੈ ਜੀ ਤੇ ਇਹ ਇਹਨਾਂ ਦੇ ਪਿਤਾ ਜੀ ਕੋਟਲਾ ਨਿਹੰਗ ਖਾਂ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਭੇਟ ਕੀਤੀ ਸੀ ਤੇ ਇਹਨਾਂ ਨੇ ਜੀ ਬਾਬਾ ਬਚਿੱਤਰ ਸਿੰਘ ਜੀ ਸਿਰਫ ਇਹਨਾਂ ਦੇ ਘਰੇ ਇੱਕ ਦਿਨ ਰਹੇ ਸੀ ਕੋਟਲਾ ਨਿਹੰਗ ਖਾਂ ਜੀ ਨੇ ਸਿਰਫ ਫੌਜਾਂ ਨੂੰ ਕਿਹਾ ਸੀ ਕਿ ਮੇਰੀ ਜਿਹੜੀ ਲੜਕੀ ਹੈ ਤੇ ਮੇਰਾ ਜਵਾਈ ਹੈ ਅੰਦਰ ਹੈ ਪਰ ਇਹਨੇ ਉਹ ਸਿਰਫ ਕਹਿਣ ਨਾਲ ਹੀ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਸਾਰੀ ਜ਼ਿੰਦਗੀ ਉਹਨਾਂ ਦੀ ਵਿਧਵਾ ਬਣ ਕੇ ਰਹੇ ਠੀਕ ਹੈ ਜੀ ਤੇ ਆ ਉਪਰੀ ਇਹ ਹੀ ਉੱਪਰ ਮੱਖਣ ਸ਼ਾਹ ਲਵਾਣਾ ਤੇ ਮੱਖਣ ਸ਼ਾਹ ਲਵਾਣਾ ਜੀ ਇਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਜਾਗਰ ਕੀਤਾ ਸੀ ਗੁਰੂ ਲਾਧੋਰੇ ਠੀਕ ਹੈ ਜੀ ਤੇ ਅਸਲੀ ਗੁਰੂ ਇਹ ਹੀ ਹੈ ਤੇ ਇਹ ਹੈ ਜੀ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਪ੍ਰਾਕਸ਼ੀਰ ਬਾਦਸ਼ਾਹ ਵੱਲੋਂ ਤੇ ਬਾਬਾ ਅਜੇ ਸਿੰਘ ਜੀ ਜਿਨ੍ਹਾਂ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਜੀ ਦੇ ਮੂੰਹ ਦੇ ਵਿੱਚ ਪਾਇਆ ਸੀ ਇਹਨਾਂ ਦਾ ਬੱਚਾ ਸਭ ਤੋਂ ਛੋਟੇ ਸ਼ਹੀਦ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਿੱਚ ਸੀ ਹਾਂਜੀ ਇਹ ਬਾਬਾ ਬੰਦਾ ਸਿੰਘ ਜੀ ਬੇਟੇ ਸੀਗੇ ਅੱਛਾ ਇਹ ਪ੍ਰਾਕਸ਼ੀਰ ਬਾਦਸ਼ਾਹ ਸੀਗਾ ਜੀ ਇਹਨਾਂ ਨੇ ਸ਼ਹੀਦੀ ਕੀਤੀ ਸੀ 700 ਸਿੰਘ ਦੀ ਠੀਕ ਹੈ ਜੀ ਤੇ ਅੱਗੇ ਸ਼ਹੀਦੀ ਆ ਜੀ ਬਾਬਾ ਬਾਜ ਸਿੰਘ ਜੀ ਜਿਹੜਾ ਕਿ ਸਰਹੰਦ ਦਾ ਸੂਬੇਦਾਰ ਬਣਾਇਆ ਸੀ ਬਾਬਾ ਬੰਦਾ ਸਿੰਘ ਜੀ ਨੇ ਅੱਛਾ ਜੀ ਤੇ ਇਹਨਾਂ ਨੇ ਜੀ ਇਹਨੂੰ ਮਖੌਲ ਕੀਤਾ ਸੀ ਫਰਕਸ਼ੀਰ ਬਾਦਸ਼ਾਹ ਨੇ ਕਿ ਤੇਰੇ ਕੋਈ ਕਲਾ ਕੁਦਰਤ ਵੀ ਹੈਗੀ ਬਾਜ ਵਾਲੀ ਕਿ ਤੇਰਾ ਨਾਂ ਹੀ ਬਾਜ ਹੈ ਹਾਂਜੀ ਇਹਨਾਂ ਨੇ ਹੱਥ ਕੜੀ ਤੋੜ ਕੇ 7 ਫੌਜੀ ਉਹਦੇ ਮਤਲਬ ਕਿ ਮਾਰ ਕੇ ਤੇ ਫਰਕਸ਼ੀਰ ਬਾਦਸ਼ਾਹ ਨੇ ਭੱਜ ਕੇ ਜਾਨ ਬਚਾਈ ਫਿਰ ਕਿਲੇ ਦੇ ਉੱਪਰੋਂ ਜਾਲ ਸੱਟ ਕੇ ਦੁਬਾਰਾ ਫੜਿਆ ਇਹ ਉਹਨਾਂ ਦੀ ਸ਼ਹੀਦੀ ਹੈ ਜੀ ਬਾਬਾ ਬਾਜ ਸਿੰਘ ਜੀ ਅੱਛਾ ਜੀ ਤੇ ਅੱਗੇ ਜੀ 700 ਸਿੰਘ ਦੀ ਅਲੱਗ ਅਲੱਗ ਤਰੀਕੇ ਨਾਲ ਜਿਵੇਂ ਉਹ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰਦੇ ਸੀਗੇ ਠੀਕ ਹੈ ਜੀ 700 ਸਿੰਘ ਦੀ ਸ਼ਹੀਦੀ ਹੈ ਇਹ ਹੈਗੇ ਜੀ ਭਾਈ ਬਹਿਲੋਂ ਜੀ ਭਾਈ ਬਹਿਲੋਂ ਜੀ ਭਾਈ ਬਹਿਲੋਂ ਜੀ ਫਾਫੜੇ ਭਾਈ ਕੇ ਜਿੰਨਾ ਉਹ ਆਪਣਾ ਜਿਹੜੇ ਨਗਰ ਦੇਨ ਸੀ ਹਾਂਜੀ ਹਾਂਜੀ ਮੈਂ ਬੰਬੀਏ ਗੁਰਦੁਆਰਾ ਸਾਹਿਬ ਵੀ ਬਣਿਆ ਮੈਂ ਦਰਸ਼ਨ ਕਰਕੇ ਆਇਆ ਸੀ ਹਾਂਜੀ ਹਾਂ ਭਾਈ ਬਹਿਲੋਂ ਜੀ ਜਦੋਂ ਹੀ ਸਰੋਵਰ ਪੱਕਾ ਕਰਨ ਲੱਗੇ ਗੁਰੂ ਅਰਜਨ ਦੇਵ ਜੀ ਉਦੋਂ ਇਹਨਾਂ ਨੇ ਸਭ ਤੋਂ ਵੱਡੀ ਸੇਵਾ ਕੀਤੀ ਸੀਗੀ ਆਪਣੇ ਦੂਜੀ ਸਰੋਵਰ ਪੱਕਾ ਕਰਨ ਵਾਸਤੇ ਬਾਲਣ ਦੀ ਲੋੜ ਸੀ ਠੀਕ ਹੈ ਜੀ ਤੇ ਬਾਲਣ ਦੀ ਗੋਹਾ ਇਕੱਠਾ ਕਰਨ ਦੀ ਇਹਨਾਂ ਨੇ ਸਭ ਤੋਂ ਵੱਡੀ ਸੇਵਾ ਨਿਭਾਈ ਤੇ ਇਹਨਾਂ ਨੂੰ ਬੁੱਕਲ 'ਚ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਭਾਈ ਪਹਿਲੋਂ ਸਭ ਤੋਂ ਪਹਿਲਾਂ ਜੀ ਠੀਕ ਹੈ ਜੀ ਆਇਓ ਇੱਧਰ ਹੋਰ ਦਿਖਾਓ ਜੀ ਆਪਾਂ ਨੂੰ ਮੂਰਤੀਆਂ ਉੱਧਰ ਅੱਗੇ ਨਵਾਂ ਕੰਮ ਚੱਲ ਰਿਹਾ ਜੀ ਬਾਬਾ ਬਚਿੱਤਰ ਸਿੰਘ ਜੀ ਵਾਲਾ ਸੀਨ ਹਜੇ ਅਧੂਰਾ ਹੈ ਅੱਛਾ ਜੀ ਉਹ ਆਪਾਂ ਦਰਸ਼ਕਾਂ ਨੂੰ ਇੱਧਰ ਹੀ ਆ ਚੜਕੜੀਆਂ ਦੇ ਸਿੰਘ ਦੇਖ ਲਓ ਜਿਹੜੇ ਆਪਣੇ ਤੁਸੀਂ ਦੇਖਦੇ ਹੋ ਆਇਓ ਤੁਹਾਨੂੰ ਦਿਖਾਉਂਦੇ ਆ ਆਪਾਂ ਹਾਂਜੀ ਦੋਸਤੋ ਇਹ ਜਿਹੜੇ ਹੈਗੇ ਸੀ ਪਹਿਲਾਂ ਮਿਸਤਰੀ ਸਿੰਘ ਸੀਗੇ ਉਹਨਾਂ ਨੇ ਬਣਾਏ ਸੀਗੇ ਤੇ ਇਹ ਵੀ ਸਟੈਚੂ ਦੇਖਣ ਵਾਲੇ ਨੇ ਬਹੁਤ ਹੀ ਵਧੀਆ ਸ਼ਾਨਦਾਰ ਸਟੈਚੂ ਬਣੇ ਹੋਏ ਨੇ ਤੇ ਹਾਂਜੀ ਹੋਰ ਤੁਸੀਂ ਆਪਣੇ ਜਿਹੜੇ ਤੁਹਾਡੇ ਹੱਥ ਕਮਲਾਂ ਨਾਲ ਬਣੇ ਹੋਏ ਨੇ ਅੱਗੇ ਉਹ ਬਣੇ ਹੋਏ ਆ ਜੀ ਆਪਣੇ ਸਟੈਚੂ ਹਾਂਜੀ ਦਿਖਾਓ ਜੀ ਉਹ ਸਾਨੂੰ ਇਹ ਜੀ ਸਾਈਂ ਮੀਆਂ ਮੀਰ ਜੀ ਇਧਰ ਹੀ ਹਰਿਮੰਦਰ ਸਾਹਿਬ ਦੀ ਦਰਬਾਰ ਸਾਹਿਬ ਦੀ ਨੀਂਹ ਰੱਖੀ ਅੱਛਾ ਸਾਈਂ ਮੀਆਂ ਮੀਰ ਜੀ ਹਾਂਜੀ ਸਾਈਂ ਮੀਆਂ ਮੀਰ ਜੀ ਵਾਹਿਗੁਰੂ ਤੇ ਇਹ ਹੈਗੇ ਭਾਈ ਨੰਦ ਲਾਲ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਵਤਾਕਾਰ ਅੱਜ ਆਨੰਦਪੁਰ ਸਾਹਿਬ ਦੇ ਵਿੱਚ ਲੰਗਰ ਵੀ ਇਹਨਾਂ ਦੇ ਨਾਂ ਦਾ ਚੱਲਦਾ ਵਾਹਿਗੁਰੂ ਅੱਗੇ ਜੀ ਤੇ ਅੱਗੇ ਹੈਗੇ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਸ਼ੇਰੇ ਪੰਜਾਬ ਹਾਂਜੀ ਵਾਹਿਗੁਰੂ ਤੇ ਅੱਗੇ ਹੈਗੇ ਜੀ ਮਾਤਾ ਜਿੰਦ ਕੌਰ ਤੇ ਆਪਣੇ ਆਖਰੀ ਬਾਦਸ਼ਾਹ ਦਲੀਪ ਸਿੰਘ ਜੀ ਮਹਾਰਾਜਾ ਦਲੀਪ ਸਿੰਘ ਜੀ ਠੀਕ ਹੈ ਜੀ ਤੇ ਵਾਹਿਗੁਰੂ ਅੱਗੇ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੇ ਅੱਗੇ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸਰਾਭਾ ਜੀ ਤੇ ਇਹ ਹੈਗੇ ਜੀ ਹਰੀ ਸਿੰਘ ਨਲੂਆ ਜਿਨ੍ਹਾਂ ਨੇ ਹੱਥਾਂ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਸ਼ੇਰ ਦੇ ਸ਼ਿਕਾਰ ਤਾਂ ਬਹੁਤ ਲੋਕਾਂ ਨੇ ਕੀਤੇ ਆ ਜੀ ਪਰ ਜਿਹੜੇ ਹਰੀ ਸਿੰਘ ਨਲੂਆ ਸੀ ਇਹਨਾਂ ਨੇ ਬਿਨਾਂ ਹਥਿਆਰ ਤੋਂ ਸ਼ੇਰ ਦਾ ਸ਼ਿਕਾਰ ਕੀਤਾ ਸੀ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਨਲ ਰਾਜੇ ਦਾ ਖਿਤਾਬ ਦਿੱਤਾ ਜੀ ਨਲੂਆ ਨਾਂ ਪਿਆ ਇਹਨਾਂ ਦਾ ਠੀਕ ਹੈ ਜੀ ਇੱਧਰ ਹੀ ਆਪਣੇ ਭਗਤ ਸਿੰਘ ਜੀ ਇਹ ਭਗਤ ਸਿੰਘ ਜੀ ਹੈ ਜੀ
ਆ ਉਧਮ ਸਿੰਘ ਜੀ ਜਰਨਲ ਡਾਇਰ ਨੂੰ ਗੋਲੀ ਮਾਰਦੇ ਹੋਏ ਉਧਮ ਸਿੰਘ ਜੀ ਦੇ ਸਟੈਚੂ ਤਾਂ ਬਹੁਤ ਬਣੇ ਹੋਏ ਆ ਜੀ ਪਰ ਜਰਨਲ ਡਾਇਰ ਨੂੰ ਗੋਲੀ ਮਾਰਦਾ ਹੈ ਯਾਨੀ ਕਿ ਮਹਾਂਪੁਰਸ਼ਾਂ ਦੀ ਸੋਚ ਸੀ ਕਿ ਵੀ ਉਹ ਮੌਕਾ ਦਿਖਾਇਆ ਜਾਵੇ ਜਦੋਂ ਕਿ ਉਹਨਾਂ ਨੇ ਬਦਲਾ ਲਿਆ ਹੈ ਠੀਕ ਹੈ ਜੀ ਹਾਂਜੀ 1919 ਵਾਲੇ ਸਾਥੀ ਦਾ ਤੇ ਇੱਧਰ ਹੀ ਆਪਣੇ ਅਤੇ ਆ ਜੀ ਹਾਥੀ ਬਣ ਰਿਹਾ ਜੀ ਇਹ ਹਰੀ ਸਿੰਘ ਨਾਲ ਹੋਇਆ ਨਾ ਜੀ ਆਪਣਾ ਬਾਬਾ ਬਚਿੱਤਰ ਸਿੰਘ ਬਚਿੱਤਰ ਸਿੰਘ ਸੋਰੀ ਬਣ ਰਿਹਾ ਜੀ ਇਹ ਹਾਥੀ ਬਣ ਰਿਹਾ ਹੈ ਤੇ ਆ ਘੋੜਾ ਜੀ ਘੋੜਾ ਘੋੜੇ ਦੇ ਉੱਪਰ ਬਾਬਾ ਬਚਿੱਤਰ ਸਿੰਘ ਜੀ ਬਣਨਗੇ ਤੇ ਉਹਦੇ ਪਰਲੇ ਪਾਸੇ ਬਾਬਾ ਉਦੇ ਸਿੰਘ ਜੀ ਕੇਸਰੀ ਚੰਦ ਰਾਜੇ ਦਾ ਸਿਰ ਵੜਦੇ ਹੋਏ ਬਣਨੇ ਉੱਪਰਲੇ ਪਾਸੇ ਜਗ੍ਹਾ ਛੱਡੀ ਹੈ ਠੀਕ ਹੈ ਜੀ ਤੇ ਇੱਧਰ ਜੀ ਆਪਣੇ ਇਹ ਜੀ ਭਾਈ ਜੈ ਸਿੰਘ ਜੀ ਖਲਕਟ ਭਾਈ ਜੈ ਸਿੰਘ ਜੀ ਖਲਕਟ ਹੈ ਜਿਹੜੇ ਇਹ ਯਾਨੀ ਕਿ ਇੱਕ ਮਿਸਾਲ ਹੈ ਨਸ਼ੇ ਦੀ ਮਿਸਾਲ ਜਿਨ੍ਹਾਂ ਨੇ ਕਿ ਤੰਬਾਕੂ ਸਿਰ ਤੇ ਨਹੀਂ ਚੱਕਿਆ ਤੇ ਪੁੱਠੀ ਖਲ ਲਵਾਉਣੀ ਮਨਜ਼ੂਰ ਕਰ ਲਈ ਇਹ ਯਾਨੀ ਕਿ ਹੁਣ ਦੀ ਪੀੜ੍ਹੀ ਨੂੰ ਸੇਧ ਹੈ ਕਿ ਤੰਬਾਕੂ ਤੋਂ ਸਿੱਖ ਹਮੇਸ਼ਾ ਦੂਰ ਰਿਹਾ ਹੈ ਤੇ ਆਪਾਂ ਨੂੰ ਦੂਰ ਰਹਿਣਾ ਚਾਹੀਦਾ ਤੰਬਾਕੂ ਤੋਂ ਹੀ ਠੀਕ ਹੈ ਜੀ ਅੱਗੇ ਜੀ ਆਪਣੇ ਇਹ ਪਹਿਲਾਂ ਕਿਸੇ ਹੋਰ ਵੀਰ ਜੀ ਦੇ ਬਣੇ ਹੋਏ ਮੇਰੇ ਕੋਲ ਹਾਂਜੀ ਇਹ ਤੁਹਾਨੂੰ ਦੱਸਿਆ ਜੀ ਇੱਥੇ ਇੱਕ ਹੋਰ ਮਿਸਤਰੀ ਸਿੰਘ ਸੀਗੇ ਹਾਂਜੀ ਪਹਿਲਾਂ ਉਹਨਾਂ ਨੇ ਬਹੁਤ ਜਿਹੜੇ ਪਹਿਲਾਂ ਵਧੀਆ ਸਟੈਚੂ ਬਣਾਏ ਹੋਏ ਨੇਗੇ ਇਹ ਆਪਣਾ ਬਣਿਆ ਹੋਇਆ ਜੀ ਇਹ ਹੈਗੇ ਜੀ ਸਿੱਖਾਂ ਦੇ ਸਿਰਾਂ ਦੇ ਮੁੱਲ ਲਾਹੌਰ ਦੇ ਵਿੱਚ ਜਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਿਹੜਾ ਕਿ ਇੱਕ ਇੱਕ ਟਕੇ ਦਾ ਸਿਰ ਇਹ ਇੱਕ ਇੱਕ ਟਕੇ ਦੇ ਲਾਲਚ ਨੂੰ ਮਤਲਬ ਜਿਹੜੇ ਮੁਸਲਮਾਨ ਸੀਗੇ ਉਹਨਾਂ ਨੇ ਕਈ ਵਾਰੀ ਕਈਆਂ ਬੰਦਿਆਂ ਨੇ ਕਈ ਕਈ ਸਿਰ ਯਾਨੀ ਕਿ ਦਿਹਾੜੀ ਦੇ ਵਿੱਚ ਵੱਢ ਕੇ ਤੇ ਇਹਨਾਂ ਕੋਲ ਟਕਾ ਲੈਣੇ ਕਿ ਉਹ ਇਸ ਕਰਕੇ ਉਹ ਪੋਟਲੀ ਵੀ ਦਿਖਾਈ ਹੋਈ ਹੈ ਕਿ ਕੁਝ ਬੰਦੇ ਸੀਗੇ ਜਿਨ੍ਹਾਂ ਨੇ ਜ਼ਿਆਦਾ ਸਿਰ ਵੱਢ ਵੱਢ ਕੇ ਤੇ ਯਾਨੀ ਕਿ ਕਮਾਈ ਦਾ ਸਾਧਨ ਬਣਾਇਆ ਹੋਇਆ ਸੀ ਉਹਨਾਂ ਨੇ ਠੀਕ ਹੈ ਜੀ ਲਾਹੌਰ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਤੇ ਹੋਰ ਜੀ ਆਪਣੇ ਅੱਛਾ ਵੀਰ ਭਗਵਾਨ ਇਸ ਤੋਂ ਇਲਾਵਾ ਹੋਰ ਤੁਸੀਂ ਕੀ ਕੀ ਬਣਾਇਆ ਹੋਏਗਾ ਹੋਰ ਜੀ ਬਾਹਰ ਕੰਮ ਜਾਂਦਾ ਹੀ ਰਹਿੰਦਾ ਬਣ ਕੇ ਇੱਥੋਂ ਯਾਨੀ ਕਿ ਜੇ ਗੁਰਦੁਆਰਾ ਸਾਹਿਬ ਦੇ ਵੱਲੋਂ ਸਾਨੂੰ ਕੋਈ ਮਨਾਹੀ ਨਹੀਂ ਹੈ ਜੇ ਕੋਈ ਬਾਹਰ ਦਾ ਆਰਡਰ ਮਿਲੇ ਤਾਂ ਅਸੀਂ ਉਹ ਕੰਮ ਕਰ ਦਿੰਨੇ ਆ ਜਿਵੇਂ ਹੁਣੇ ਹੁਣੇ ਪਿੱਛੇ ਕਾਫੀ ਪਾਪੂਲਰ ਹੋਈ ਹੈ ਵੀਡੀਓ ਇੱਕ ਯਾਨੀ ਕਿ ਪਰਮਜੀਤ ਸਿੰਘ ਜੀ ਕੰਡਿਆਲ ਆ ਉਹਨਾਂ ਦਾ ਅਸੀਂ ਸਟੈਚੂ ਬਣਾਇਆ ਸੀਗਾ ਪੋਰਟਰੇਟ ਤੇ ਇੱਕ ਉਹਨਾਂ ਦੇ ਘਰ ਮੱਝ ਬਣਾਈ ਸੀ ਕਾਫੀ ਉਹ ਯਾਨੀ ਕਿ ਚਰਚਾ ਦੇ ਵਿੱਚ ਰਹੀ ਹੈ ਉਹ ਪੋਰਟਰੇਟ ਤੇ ਬਾਕੀ ਜੇ ਕੋਈ ਕੰਮ ਕਰਵਾਉਣ ਵਾਲਾ ਵੀਰ ਹੋਵੇ ਤਾਂ ਗੁਰਦੁਆਰਾ ਸਾਹਿਬ ਵੱਲੋਂ ਸਾਨੂੰ ਕੋਈ ਮਨਾਹੀ ਨਹੀਂ ਅਸੀਂ ਟਾਈਮ ਕੱਢ ਕੇ ਉਹ ਵੀ ਬਣਾ ਦਿੰਦੇ ਨੰਬਰ ਇੱਕ ਵਾਰੀ ਹੋਰ ਬੋਲਦੇ ਜੀ ਹਾਂਜੀ ਨੰਬਰ ਆਪਣਾ ਸੰਪਰਕ ਕਰਨ ਵਾਸਤੇ 9876490900 ਤੇ ਇਹ ਜਿਹੜਾ ਆਪਣਾ ਧਰਮਕੋਟ ਕੰਡਿਆਲ ਤੇ ਜਲਾਲਾਬਾਦ ਤੇ ਫਤਿਹਗੜ੍ਹ ਇਹ ਪਿੰਡਾਂ ਦੇ ਵਿਚਾਲੇ ਜੇ ਆਪਣਾ ਗੁਰਦੁਆਰਾ ਜਦੋਂ ਮਰਜ਼ੀ ਇੱਥੇ ਦਰਸ਼ਨ ਮੇਲਾ ਕਰੋ ਆਓ ਇਹ ਗੁਰਦੁਆਰਾ ਬਾਬਾ ਪਾਲਾ ਸਿੰਘ ਜੀ ਜਿਹੜੇ ਵੱਡੇ ਮਹਾਂਪੁਰ ਸੀਗੇ ਜੀ ਤੇ ਹੁਣ ਮੁੱਖ ਸੇਵਾਦਾਰ ਇੱਥੇ ਬਾਬਾ ਪਵਨਦੀਪ ਸਿੰਘ ਜੀ ਸੇਵਾ ਨਿਭਾ ਰਹੇ ਆ ਤੇ ਬਹੁਤ ਹੀ ਨਿੱਘੇ ਸੁਭਾਅ ਦੇ ਮਹਾਂਪੁਰਸ਼ ਹੈ ਤੇ 24 ਘੰਟੇ ਲੰਗਰ ਚੱਲਦਾ ਜੀ ਤੇ ਜਦੋਂ ਕਿਤੇ ਇਸ ਏਰੀਏ 'ਚ ਆਓ ਤਾਂ ਦਰਸ਼ਨ ਮੇਲਾ ਜ਼ਰੂਰ ਕਰਕੇ ਜਾਓ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਇੱਕ ਨਾ ਜਿਹੜੇ ਬਾਈ ਨੇ ਆਪਣੇ ਮੂਰਤੀਆਂ ਤਿਆਰ ਕੀਤੀਆਂ ਨੇ ਸਾਰੀਆਂ ਸੋ ਉਹਨਾਂ ਨੇ ਇੱਕ ਆਪਦੇ ਰੂਮ ਦੇ ਵਿੱਚ ਜਦੋਂ ਐਕਸਟਰਾ ਟਾਈਮ ਮਿਲਦਾ ਉਹਨਾਂ ਦਾ ਦਿਲ ਕਰਦਾ ਤਾਂ ਆਹ ਹੋਰ ਮਾਡਲ ਤਿਆਰ ਕੀਤੇ ਹੋਏ ਨੇ ਆਪਣੇ ਬਾਈ ਜੀ ਵੱਲੋਂ ਸੋ ਬਾਈ ਜੀ ਦੱਸੋਗੇ ਸਾਨੂੰ ਵੀ ਕਿਹੜੇ ਕਿਹੜੇ ਮਹਾਂਪੁਰਖਾਂ ਦੀਆਂ ਆਪਾਂ ਹਾਂਜੀ ਜਦੋਂ ਫ੍ਰੀ ਹੁੰਨੇ ਆ ਜੀ ਆਪਾਂ ਤੇ ਉਦੋਂ ਫਿਰ ਜਿਵੇਂ ਇਹ ਆ ਜੀ ਬਾਬਾ ਬੁੱਲੇ ਸ਼ਾਹ ਜੀ ਹਾਂਜੀ ਤੇ ਵੈਸੇ ਹੀ ਸ਼ੌਂਕ ਨਾਲ ਹੀ ਬਣਾਇਆ ਜੀ ਕਿਤੇ ਫ੍ਰੀ ਟਾਈਮ ਹੋ ਜਿਵੇਂ ਗਰਮੀਆਂ ਆ ਗਰਮੀਆਂ ਦੇ ਵਿੱਚ ਛੁੱਟੀ ਦੇ ਟਾਈਮ ਦੁਪਹਿਰੇ ਹਾਂਜੀ 2 ਘੰਟੇ ਕਮਰੇ ਦੇ ਵਿੱਚ ਲਾ ਲਈਦੀ ਹੈ ਠੀਕ ਹੈ ਇਹ ਬਾਬਾ ਬੁੱਲੇ ਸ਼ਾਹ ਜੀ ਹਾਂਜੀ ਤੇ ਇਹ ਲੈਨਨ ਜਿਵੇਂ ਛੋਟਾ ਛੋਟਾ ਕੰਮ ਥੋੜਾ ਥੋੜਾ ਜਿਵੇਂ ਟਾਈਮ ਇਹਨਾਂ ਲਈ ਕੱਢ ਲਈਦਾ ਠੀਕ ਹੈ ਇਹ ਪਰਸਨਲ ਆਈਟਮ ਹੈ ਇਹ ਇੱਕ ਓਂਕਾਰ ਹੈ ਜੀ ਠੀਕ ਹੈ ਜੀ ਤੇ ਛੋਟਾ ਜਿਹਾ ਵੈਸੇ ਹੀ ਸ਼ੋਪੀਸ ਅੱਗੇ ਦਾਦਾ ਸਾਹਿਬ ਤੇ ਇਹ ਬਾਬਾ ਸਾਹਿਬ ਜੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਠੀਕ ਹੈ ਜੀ ਤੇ ਇਹ ਸਾਰਾ ਜਿਹੜਾ ਕੰਮ ਹੈ ਜੀ ਇਹ ਫਾਈਬਰ ਗਲਾਸ ਦਾ ਛੋਟਾ ਛੋਟਾ ਕੰਮ ਹੈ ਠੀਕ ਹੈ ਜੀ ਤੇ ਅੱਗੇ ਉਹ ਇੱਕ ਪੋਰਟਰੇਟ ਹੈ ਜੀ ਤੇ ਇਹ ਬੱਚਾ ਵੈਸੇ ਹੀ ਖਾਲਸਾ ਬੱਚਾ ਬਣਾਇਆ ਹੈ ਠੀਕ ਹੈ ਜੀ ਤੇ ਵਧੀਆ ਲੱਗਦਾ ਕੰਮ ਜੀ ਕਿਉਂਕਿ ਜਦੋਂ ਕੋਈ ਕਮਰੇ 'ਚ ਆ ਕੇ ਬੈਠਦਾ ਫਿਰ ਕੰਮ ਪਿਆ ਹੋਵੇ ਤਾਂ ਫੇਰ ਹੀ ਪਤਾ ਲੱਗਦਾ ਵੀ ਹਾਂਜੀ ਹਾਂ ਟਿੱਕਾ ਤੇ ਕਾ ਬਾਈਆਂ ਨੇ ਬੂਟ ਵੀ ਤਿਆਰ ਕੀਤੇ ਜੀ ਆ ਦੇਖੋ ਇਹ ਸੇਫਟੀ ਸ਼ੂਜ਼ ਕਾਫੀ ਟਾਈਮ ਪਹਿਲਾਂ ਆ ਦੇਖੋ ਦੋਸਤੋ ਬਣਾਇਆ ਸੀਗਾ ਤੇ ਇਹਦਾ ਨਾ ਕਾਫੀ ਜਗ੍ਹਾ ਤੋਂ ਭਰ ਗਿਆ ਸੀ ਇਹ ਪੀਓਪੀ ਦੇ ਵਿੱਚੋਂ ਕੱਢਿਆ ਪੀਓਪੀ ਦੀ ਸਿੱਲੀ ਪੱਥ ਕੇ ਨਾ ਖੋਦ ਖੋਦ ਕੇ ਕੱਢਿਆ ਤੇ ਇਹ ਥੋੜਾ ਟੁੱਟ ਭੱਜ ਹੋ ਗਈ ਸੀ ਇਹਨੂੰ ਰਿਪੇਅਰ ਕਰਨ ਵਾਸਤੇ ਲਾਇਆ ਸੀਗਾ ਮਾਲ ਤੇ ਟਾਈਮ ਨਹੀਂ ਲੱਗਿਆ ਸਫਾਈ ਕਰਨ ਵਾਲੀ ਹਜੇ ਤੇ ਸ਼ੂ ਵੈਸੇ ਤਿਆਰ ਹੋ ਗਿਆ ਪੈਰ 'ਚ ਪੈਂਦਾ ਇਹ ਠੀਕ ਹੈ ਜੀ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਹਨਾ ਤੇ ਪ੍ਰਮਾਤਮਾ ਤੁਹਾਨੂੰ ਇੱਦਾਂ ਤਰੱਕੀਆਂ ਬਖਸ਼ੇ ਹਨਾ ਤੇ ਜਿਹੜੇ ਆਪਾਂ ਅਸੀਂ ਇੱਦਾਂ ਦੇ ਮਾਡਲ ਤਿਆਰ ਕਰਦੇ ਹਾਂ ਸੋ ਲੋ ਆਪਣੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਕ ਤੁਸੀਂ ਜਿਹੜਾ ਰੋਲ ਮਾਡਲ ਦੇ ਤੌਰ 'ਤੇ ਕੰਮ ਕਰ ਰਹੇ ਹੋ ਸੋ ਬਾਈ ਜੀ ਧੰਨਵਾਦ ਜੀ
ਤੁਹਾਡਾ ਬਹੁਤ ਬਹੁਤ ਸਾਡੇ ਚੈਨਲ ਨੂੰ। ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਜੀ ਕਿ ਅਰਦਾਸ ਬੇਨਤੀ ਕਰਕੇ ਲੱਗੀਦਾ ਕਿ ਇਹ ਵਾਹਿਗੁਰੂ ਸਾਡੇ ਕੋਲ ਵਧੀਆ ਕੰਮ ਕਰਵਾਇਆ ਕਿ ਆਉਣ ਵਾਲੇ ਲੋਕ ਆ ਜਿਹੜੇ ਆਉਣ ਵਾਲੇ ਜਿਹੜੇ ਬੱਚੇ ਆ ਸਾਡੀਆਂ ਬਣਾਈਆਂ ਜਾਣੀ ਕਿ ਜਿਹੜੇ ਸਟੈਚੂ ਆ ਇਹਨਾਂ ਤੋਂ ਸੇਧ ਲੈਣ ਅਤੇ ਜਾਣੀ ਕਿ ਵਧੀਆ ਕੰਮ ਹੋ ਜਾਵੇ ਅਤੇ ਬਸ ਇਹੀ ਵਾਹਿਗੁਰੂ ਅੱਗੇ ਅਰਦਾਸ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।